ਤੇ ਸਾਰਾ ਲੋਰ ਮੇਰੀ ਮੁੱਠ ਚ ਆ ਜਾ। ਪਹਿਲਵਾਨ ਮੁੱਠ ਛੱਡ ਦੇ। ਕਿਸ ਚਾਹੀਏ ਨਾ ਚਾਹੀਏ ਤੋ ਆ ਕੇ ਬੰਦ ਕਰੋ। ਨਹੀਂ ਓਕੇ ਅੱਛਾ ਠੀਕ ਹੈ। ਰਿਸ਼ਤਾ ਦੇਖਣ ਆਏ ਹੋ? ਹੋਰ ਤੇਰੀ ਭੈਣ ਚੁੱਕਣ ਆਏ ਸੀ ਇੱਥੇ, ਐਡੇ ਦੋਨੇ ਨੇ ਕੱਪੜੇ ਪਾ ਕੇ ਸੀ ਇੱਥੇ ਆਏ ਹੋ। ਜੋ ਆਪ ਕਹੋਗੇ ਵੋ ਕਰੂੰਗੀ, ਜਹਾਂ ਆਪ ਬੋਲੋਗੇ ਵਹਾਂ ਕਰੂੰਗੀ, ਜੈਸੇ ਆਪ ਕਹੋਗੇ ਵੈਸੇ ਕਰੂੰਗੀ। ਬਸ ਕਰ ਪਗਲੀ, ਜੁਆਇਨਿੰਗ ਕੇ ਦਿਨ ਪ੍ਰਮੋਸ਼ਨ ਲੈ ਕੇ ਕਿਆ ਇਹ ਸੁਣ, ਗੰਦੀ ਬਾਤ ਕਰਨਾ ਕੋਈ ਛੋੜਨਾ ਕਿਆ ਪਤਾ ਹੈ, ਅੱਜ ਕੱਲ ਨਾ ਮੈਂ ਰਾਤ ਨੂੰ ਤੇਰੇ ਸੇ ਬਹੁਤ ਬਾਤ ਕਰਤਾ ਹੂੰ, ਤੇਰੇ ਡਾਇਲੋਗ ਬੋਲਤਾ ਹੂੰ। ਕੌਨ ਸੇ ਡਾਇਲੋਗ ਬੋਲਤਾ ਹੂੰ? ਓਏ ਵਾਲਾ ਪਲੀਜ਼ ਨਹੀਂ, ਪਲੀਜ਼ ਨਹੀਂ। ਪਾਗਲ ਹੋ ਗਏ ਕਿ? ਹਾਂਜੀ ਕੀ ਕਰਾਣਾ ਜੇ? ਕਿੰਨੇ ਪੈ ਲੈਂਦੇ ਸ਼ੇਵ ਦੇ? 50 ਰੁਪਏ ਸਾਰੀ ਦੇ। ਆ ਹੁਣ ਮੈਂ ਵੈਗਨ ਦੇ ਵਿੱਚ ਆ ਰਿਹਾ ਸਨ। ਅੱਛਾ ਫੈਸ਼ਨ ਕੀਤਾ ਤੇ ਦੋ ਕੁੜੀਆਂ ਇਕੱਠੀਆਂ ਫਸਾਈਆਂ। ਚੰਗਾ ਕੀਤਾ, ਦੋ ਵਾਲੀ ਸੀਟ ਤੇ ਬੈਠੀਆਂ ਸਨ, ਮੈਂ ਵਿੱਚ ਜਾ ਕੇ ਬਹਿ ਗਿਆ। ਮੈਨੂੰ ਆਂਦੀਆਂ ਵੀ ਤੂੰ ਤੇ ਸਾਨੂੰ ਫਸਾ ਹੀ ਲਿਆ। ਕਰਿਆਨੇ ਦੀ ਦੁਕਾਨ ਤੋਂ ਦੋ ਘਿਓ ਦੇ ਡੱਬੇ ਚੁੱਕ ਕੇ ਭੱਜ ਗਿਆ। ਅੱਛਾ ਉਹਨਾਂ ਫੜ ਕੇ ਲੰਮੇ ਪਾ ਕੇ ਮਾਰਿਆ ਕੁੱਟਿਆ, ਕਹਿੰਦਾ ਮੈਂ ਚੋਰੀ ਥੋੜੀ ਕੀਤੀ। ਅੱਛਾ ਮੈਂ ਤੇ ਘਰ ਜਾ ਕੇ ਅੰਮੀ ਨੂੰ ਮਹਾਉਣਾ ਸੀ ਵੀ ਆ ਲੈਣਾਗੇ ਆ ਲੈਣਾ। ਅੰਬਾਲੀ ਰੇੜੀ ਤੇ ਜਾ ਕੇ ਕਹਿੰਦਾ ਭਾਈ ਅੰਬ ਕਿਸ ਤਰ੍ਹਾਂ ਕਿਲੋ ਹੋਣੇ? ਕਿਹਾ 120 ਰੁਪਏ ਕਿਲੋ। ਕਹਿੰਦਾ 20 ਲੈ ਲੈ ਚੂਪਾ ਲਵਾ ਦੇ। ਸੋਈਓ ਉਸਕੇ ਸਾਥ, ਤੁਮ ਸੋਈਓ ਉਸਕੇ ਸਾਥ, ਪਿਆਰ ਕਰਤੀ ਹੋ ਉਸਸੇ ਬਹੁਤ ਪਿਆਰ। ਪੜ੍ਹੇ ਲਿਖੇ ਹੋ? ਹਾਂਜੀ। ਕਿੰਨਾ? 1122। ਲੈ 1122, ਇਹ ਕੀ ਹੁੰਦਾ? ਅੰਨੀ ਦਿਆ 11ਵੀਂ 12ਵੀਂ। ਦੁਨੀਆ ਤਰੱਕੀ ਕਰਨ ਲਈ ਬਾਹਰ ਜਾਣ ਲਈ, ਬਾਹਰ ਜਾਣ ਲਈ। ਆਹੋ